are watching Channel Y. Channel Y, a South Asian Canadian channel. ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀਬਾੜੀ ਆਰਡੀਨੈਂਸ ਦੇ ਵਿਰੁੱਧ ਹਲਕਾ ਸੁਲਤਾਨਪੁਰ ਲੋਧੀ ਦੇ ਹਜ਼ਾਰਾਂ ਕਿਸਾਨਾਂ ਵੱਲੋਂ ਸੋਮਵਾਰ ਨੂੰ ਕਾਲੇ ਚੋਲੇ ਪਾ ਕੇ ਵਿਸ਼ਾਲ ਟਰੈਕਟਰ ਰੋਸ ਰੈਲੀ ਕੱਢੀ ਗਈ ਹਲਕਾ ਵਿਧਾਇਕ ਨਵਤੇਜ ਚੀਮਾ ਦੀ ਅਗਵਾਈ ਵਿੱਚ ਇਹ ਰੋਸ ਰੈਲੀ ਪਿੰਡ ਖੀਰਾਵਾਲੀ ਦੇ ਸਟੇਡੀਅਮ ਤੋਂ ਸ਼ੁਰੂ ਹੋਈ ਅਤੇ ਫੱਤੂ ਡਿੰਗਾ ਉੱਚਾ ਮੁੰਡੀ ਮੋੜ ਬੁੜੇਵਾਲ ਆਦੀ ਪਿੰਡਾਂ ਤੋਂ ਹੁੰਦੇ ਹੋਏ ਪੁੱਡਾ ਕਲੋਨੀ ਸੁਲਤਾਨਪੁਰ ਲੋਧੀ ਪੁੱਜ ਕੇ ਸਮਾਪਤ ਹੋਈ ਹੈ ਇਸ ਰੋਸ ਰੈਲੀ ਚ ਇਲਾਕੇ ਦੀ ਵੱਡੀ ਗਿਣਤੀ ਚ ਕਾਂਗਰਸ ਵਰਕਰ ਅਤੇ ਕਿਸਾਨ ਟਰੈਕਟਰਾਂ ਸਮੇਤ ਸ਼ਾਮਲ ਹੋਏ ਅਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਮਾਰੂ ਕਾਲੇ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਇਸ ਸਮੇ ਵਿਧਾਇਕ ਨﻔਤੀਜ ਸਿੰਘ ਚੀਵਾ ਨੇ ਕਿਹਾ ਕਿ ਕੇਂਦਰ ਦੀ ਅਕਾਲੀ ਭਾਜਪਾ ਪਾਈਵਾਲ ਮੋਦੀ ਸਰਕਾਰ ਵੱਲੋਂ ਦੇਸ਼ ਦੀ ਕਿਸਾਨੀ ਖਤਮ ਕਰਨ ਲਈ ਜੋ ਕਾਲੇ ਖੇਤੀ ਕਾਨੂੰਨ ਪਾਸ ਕੀਤੇ ਹਨ ਇਸ ਦੀ ਕਾਂਗਰਸ ਪਾਰਟੀ ਸਖਤ ਨਖੇਦੀ ਕਰਦੀ ਹੈ ਅਤੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰੇਗੀ। ਔਰ ਇਹ ਪ੍ਰੋਟੈਸਟ ਦਾ ਸਾਡਾ ਹੈਗਾ ਇੱਕ ਇੱਕ ਮਨੋਰਥ ਵੀ ਮੋਦੀ ਦੇ ਕੰਨ ਖੋਲਣੇ ਉਹਦੀ ਮਰੀ ਹੋਈ ਜ਼ਮੀਰ ਨੂੰ ਜਗਾਉਣਾ ਉਹ ਕਿਸਾਨੀ ਨੂੰ ਤਬਾਹੀ ਦੇ ਰਾਹ ਤੇ ਲਗਾ ਰਿਹਾ ਕਿਸਾਨ ਨੂੰ ਬਰਬਾਦ ਕਰ ਰਿਹਾ ਹੈ ਜਿੰਨੇ ਆਡੀਸ਼ਨ ਲੈ ਕੇ ਆਏ ਸੀ ਇਹਦੇ ਪੂਰੀ ਜ਼ੋਰ ਵਿਰੋਧਤਾ ਕਰਦੇ ਆ ਜੀ। ਇਹ ਮਹਾਰਾਸ਼ਟਰ ਜਿਹੜਾ ਹੈ ਉਹ ਸਭ ਤੋਂ ਭਾਰਤ ਦੀ ਅਮੀਰ ਸਟੇਟ ਆ 22 ਪਰ ਹੈਡ ਇਕਨੋਮਿਕਲੀ ਜੀਡੀਪੀ ਦੇ ਤੌਰ ਤੇ ਉੱਥੇ ਸਭ ਤੋਂ ਵੱਧ ਸੁਸਾਇਸਾਈਡ ਰੇਟ ਆ ਫਾਰਮਰ ਦੀ ਸਭ ਤੋਂ ਵੱਧ ਫਾਰਮਰ ਮਹਾਰਾਸ਼ਟਰ ਚ ਮਰਦਾ ਤੁਸੀਂ ਅੰਕੜੇ ਕੱਢ ਕੇ ਵੇਖ ਸਕਦੇ ਆ ਉਹਦੇ ਮਰਨ ਦਾ ਕਾਰਨ ਕੀ ਆ ਵਪਾਰੀ ਸਰਕਾਰ ਮੰਡੀ ਵਿੱਚ ਹੈ ਨਹੀਂ ਵਪਾਰੀ ਦੂਰ ਪੈ ਕਿਲੋ ਪਿਆਇ ਖਰੀਦਦਾ ਤੇ ਤੁਹਾਨੂੰ 90 ਰੁਪਏ ਕਿਲੋ ਵੇਚਦਾ ਫਿਰ ਇਸ ਇੱਥੋਂ ਆਲੂ ਦਾ ਹਿਸਾਬ ਸਾਰੇ ਫਾਰਮਰਸ ਨੇ ਪੰਜਾਬ ਦੇ ਨੇ ਆਲੂ 80 ਰੁਪਏ ਕਿਲੋ 70 ਰੁਪਏ ਕਿਲੋ ਵੇਚਿਆ ਜਿਹੜਾ ਆਲੂ ਅੱਜ 40 ਰੁਪਏ ਕਿਲੋ ਤੁਸੀਂ ਲੈ ਖਾ ਰਹੇ ਆ ਉਦਾ ਵੀ ਰਜਨੇ ਆ ਵੀ ਮੰਡੀ ਚ ਆਲੂ ਦੀ ਮੰਡੀ ਚ ਵੀ ਸਰਕਾਰ ਹੈ ਨਹੀਂ ਤੇ ਪਿਆਜ਼ ਦੀ ਮੰਡੀ ਚ ਸਰਕਾਰ ਹੈ ਨਹੀਂ ਮੱਕੀ ਦਾ ਐਮ ਐਸ ਪੀ 1850 ਰੁਪਏ ਆ ਪਰ ਮੇਰੇ ਫਾਰਮਰ ਭਰਾਵਾਂ ਨੇ ਕਿ ਕਿਸੇ ਨੇ 11 ਨੂੰ ਕਿਸੇ ਨੇ 1100 ਨੂੰ ਤੇ ਗਿੱਲੀ 600 ਰੁਪਏ ਨੂੰ ਵੇਚੀ ਆ ਇਹ ਸਰਕਾਰ ਦਾ ਨਤੀਜ ਸਰਕਾਰ ਕਿਸਾਨ ਨੂੰ ਮਾਰਨਾ ਚਾਹੁੰਦੀ ਆ ਤੇ ਇਹ ਕਿਸਾਨ ਜਿਹੜਾ ਵਾ ਇਹ ਜਦੋਂ ਜਦ ਕਰ ਰਿਹਾ ਆਪਣੀ ਮਾੜੀ ਮੁੱਟੀ ਹੋਂਦ ਨੂੰ ਕਾਇਮ ਰੱਖਣ ਲਈ ਔਰ ਜੋ ਸਰਕਾਰਾਂ ਸਾਡੀ ਆਪੋਜੀਸ਼ਨ ਸਾਡੀ ਹੈਲਪ ਕਰ ਰਹੀਆਂ ਜੋ ਰਾਜ ਸਭਾ ਚ ਕੱਲ ਇਹਨਾਂ ਨੇ ਬਹੁਤ ਜ਼ੋਰਦਾਰ ਢੰਗ ਨਾਲ ਵਿਰੋਧਤਾ ਕੀਤੀ ਆ ਅਸੀਂ ਇਸ ਤੇ ਬਹੁਤ ਖੁਸ਼ੀ ਮਹਿਸੂਸ ਕਰਦੇ ਆਂ ਰੋਜ਼ ਪ੍ਰਦਰਸ਼ਨ ਦੌਰਾਨ ਕਿਸਾਨ ਵੀ ਕਾਫੀ ਨਾਰਾਜ਼ ਨਜ਼ਰ ਆਏ ਅਨੁਸਾਰ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਦਾ ਵਿਰੋਧ ਦੇਸ਼ ਦਾ ਹਰ ਕਿਸਾਨ ਕਰ ਰਿਹਾ ਹੈ ਅਤੇ ਕਰਦਾ ਰਹੇਗਾ ਜਦਕੀ ਸਰਕਾਰ ਇਸ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਸਾਰਾ ਕੁਝ ਛੋੜ ਦੇ ਆ ਕਿਸਾਨ ਤੇ ਅੱਗੇ ਬਹੁਤ ਡੁੱਬਿਆ ਪਿਆ ਜੀ ਜਿੱਦਾਂ ਹੁਣ ਤੇਲ ਬਹੁਤ ਮਹਿੰਗਾ ਹੋ ਗਿਆ ਤੇ ਦਵਾਈਆਂ ਖਾਦਾ ਇੰਨੀਆਂ ਪਾ ਰਹੇ ਆ ਹੁਣ ਪਿੱਛੇ ਜਿਹੜੀ ਨਾ ਮੱਕੀ ਸੀ ਮੱਕੀ ਦਾ ਕਹਿੰਦਾ 1800 ਰੁਪਇਆ ਤੇ 1200 ਨੂੰ ਵੇਚੀ ਆ ਜੀ 600 600 ਨੂੰ ਵੇਚੀ ਆ ਇਹਦਾ ਕਰਕੇ ਜਿਹੜਾ ਆ ਇਹਨਾਂ ਇਹ ਮੋਦੀ ਸਰਕਾਰ ਨੇ ਬਣਾਇਆ ਇਹ ਕਿਸਾਨਾਂ ਵਾਸਤੇ ਬਹੁਤ ਜ਼ਿਆਦਾ ਮਾੜਾ ਮਾੜਾ ਕੰਮ ਰਹਿਣਾ ਹੈ ਯੂ ਆਰ ਵਾਚਿੰਗ ਚੈਨਲ ਵਾਈ ਚੈਨਲ ਵਾਈ ਅ ਸਾਊਥ ਈਸ਼ੀਅਨ ਕੈਨੇਡੀਅਨ ਚੈਨਲ